ਮੈਂ ਸਟੂਡੈਂਟ ਇੱਕ ਗੱਲ ਤੁਹਾਨੂੰ ਜ਼ਰੂਰ ਕਵਾਂਗਾ ਕਾਸ਼ ਇੰਜ ਹੋ ਜਾਏ ਕਿ ਤੁਸੀਂ ਜਿਸ ਤਰ੍ਹਾਂ ਜੌਬ ਡਿਊਟੀ ਨੂੰ 8 ਘੰਟੇ ਦਿੰਦੇ ਹੋ ਨਾ ਕਦੀ ਇਹ 8 ਘੰਟੇ ਸੇਮ ਇੰਜੇ ਹੀ ਪੂਰੇ ਧਿਆਨ ਤਵਜੋ ਡਿਊਟੀ ਸਮਝ ਕੇ ਪਤੈਂਤੇ ਨੂੰ ਦਿਓ ਯਕੀਨ ਕਰੋ ਇੱਕ ਮਹੀਨੇ ਦਾ ਕੰਮ ਜਿਵੇਂ ਯੰਗ ਮੈਨ ਨੇ ਕਿਹਾ ਨਾ ਕਿ ਅਸਲ ਪੜ੍ਹਾਈ ਮਹੀਨੇ ਚ ਹੀ ਕੀਤੀ ਪਰ ਡਿਊਟੀ ਸਮਝ ਕੇ ਇਹਨੂੰ ਕਰੋ ਮਸਲਾ ਇਹ ਹੁੰਦਾ ਹੈ ਕਿ ਇਹਨੂੰ ਅਸੀਂ ਨਾ ਇੰਜ ਇ ਫਿਰ ਨਾਲ ਨਾ ਪਾਰਟ ਟਾਈਮ ਕਰਕੇ ਤੇ ਅੱਛਾ ਕਰਨਿਆਂ ਵੇਖਣਿਆਂ ਇਹ ਕਰ ਲਈਏ ਤੇ ਉਸ ਤੋਂ ਬਾਅਦ ਇਹ ਕਰ ਲਈਏ ਇਹ ਕਰ ਲਈਏ ਇੰਜ ਇ ਕਰਕੇ ਪਤੰਤੇ ਹੋ ਜਾਂਦਾ ਚਲੋ ਫਿਰ ਵੀ ਲੇਕਿਨ ਇਹ ਸਿਰ ਦਾ ਦਰਦ ਬਣ ਜਾਂਦਾ ਇਹਨੂੰ ਇੰਜ ਕਰੋ ਜੇ ਤੁਸੀਂ ਵਿਹਲੇ ਹੋ ਫ੍ਰੀ ਹੋ ਤੇ ਇਹਨੂੰ ਜੌਬ ਸਮਝ ਕੇ ਡਿਊਟੀ ਸਮਝ ਕੇ 8 ਘੰਟੇ ਦਿਓ ਯਕੀਨ ਕਰੋ 20 ਦਿਨਾਂ ਬਾਅਦ ਹੀ ਗੱਲ ਦੀ ਸਮਝ ਲੱਗ ਜੇ ਕਿਉਂਕਿ ਅਸਲ ਚੰਦ ਲਫ਼ਜ਼ਾਂ ਦੀ ਖੇਡ ਹੈ